ਅੱਜ 6ਵੇਂ ਦਿਨ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਦੇ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ NDRF ਤੇ ਫੌਜ ਵੱਲੋਂ ਘੱਗਰ ਦੇ ਟੁੱਟੇ ਹੋਏ ਬੰਨ ਨੂੰ ਬੰਦ ਕਰਨ ਵਿੱਚ ਕਾਮਯਾਬ ਰਹੀ। ਇਹ ਕਾਮਯਾਬੀ ਉਸ ਵਕਤ ਹੱਥ ਲੱਗੀ ਜਦੋਂ ਘੱਗਰ ਦਾ ਪਾਣੀ ਘੱਟ ਹੋ ਗਿਆ ਸੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘੱਗਰ ਵਿੱਚ ਬਰਸਾਤੀ ਪਾਣੀ ਜ਼ਿਆਦਾ ਆ ਜਾਣ ਕਾਰਨ ਘੱਗਰ ਦਾ ਬੰਨ ਟੁੱਟ ਗਿਆ ਅਤੇ ਪਾਣੀ ਬੰਨ ਦੇ ਉੱਪਰ ਤੋਂ ਵਹਿਣ ਲੱਗਾ, ਜਿਸ ਕਾਰਨ ਪਟਿਆਲਾ, ਸੰਗਰੂਰ ਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ। ਦੇਖੋ, ਮੈਂ ਹੁਣ ਇੱਕ ਬੋਲੀ 'ਚ ਬੋਲਣਾ, ਕਿਹੜੀ ਬੋਲੀ ਪਹਿਲਾਂ ਬੋਲੀ? ਪੰਜਾਬੀ। ਸਾਡੇ ਪੰਜਾਬ ਦੇ ਦੋ ਇਲਾਕੇ ਨੇ ਜਿੱਥੇ ਸਾਡਾ ਨੁਕਸਾਨ ਹੋਇਆ, ਇੱਕ ਤਾਂ ਘੱਗਰ ਦੇ ਨਾਲ ਨਾਲ ਇਹ ਘਨੌਰ, ਸਨੌਰ, ਛਤਰਾਣਾ, ਔਰ ਫਿਰ ਇੱਥੇ ਮੂਣ, ਇੱਥੇ ਲਹਿਰੇ ਕਾਗੇ, ਔਰ ਫਿਰ ਇੱਥੇ ਇਹ ਘੱਗਰ ਦਾ ਪਾਣੀ ਬਠਿੰਡੇ ਵੀ ਪਹੁੰਚਿਆ। ਐਂਡ ਉਸ ਤੋਂ ਇਲਾਵਾ ਮੁਕਤਸਰ ਦੇ ਵਿੱਚ ਇੱਥੇ ਪਹਿਲਾਂ ਹੀ ਥੱਲੇ ਦਾ ਪਾਣੀ ਉੱਪਰ ਆਇਆ ਹੋਇਆ ਔਰ ਬਾਰਿਸ਼ ਬਹੁਤ ਜ਼ਿਆਦਾ ਪਈ ਹੈ। ਸਮਾਂ ਬਠਿੰਡੇ 'ਚ 40 ਸਾਲਾਂ 'ਚ ਸਭ ਤੋਂ ਜ਼ਿਆਦਾ ਬਾਰਿਸ਼ ਐਤਕੀ ਪਈ ਹੈ ਇਹ 3 ਦਿਨਾਂ ਦੇ ਵਿੱਚ। ਸੋ ਉਹਦੀ ਕੰਬੀਨੇਸ਼ਨ ਸਾਰੀ ਹੋ ਕੇ ਉੱਥੇ ਨੁਕਸਾਨ ਹੋਇਆ। ਅੱਜ ਗਰਦੌਰੀਆਂ ਚੱਲ ਰਹੀਆਂ ਨੇ, ਸਪੈਸ਼ਲ ਗਰਦੌਰੀਆਂ, ਪਤਾ ਅਸਲੀ ਲੱਗੂਗਾ ਕਿ ਕਿੰਨਾ ਨੁਕਸਾਨ ਹੋਇਆ। ਜੋ ਇਸ ਏਰੀਆ 'ਚ ਹੋਇਆ 10,000 ਏਕੜ, ਇੱਥੇ ਤੁਹਾਡੇ ਲਹਿਰੇ 'ਚ, ਔਰ ਪਟਿਆਲੇ ਜ਼ਿਲ੍ਹੇ 'ਚ ਤਕਰੀਬਨ 50,000 ਏਕੜ। ਸੋ ਇਹ ਤਾਂ ਇੱਧਰ ਹੈ, ਹੁਣ ਬਠਿੰਡੇ ਦਾ ਔਰ ਮੁਕਤਸਰ ਦਾ ਮੇਰੇ ਕੋਲ ਆਊਗਾ, ਫਿਰ ਮੈਂ ਤੁਹਾਨੂੰ ਦੱਸਾਂ। ਲੇਕਿਨ ਦੇਰ ਇਜ਼ ਨੋ ਪਾਰਟ ਔਨ ਲੈਪਸ ਔਨ ਪਾਰਟ ਔਫ ਦੀ ਐਡਮਿਨਿਸਟ੍ਰੇਸ਼ਨ। ਨੋਬਡੀ ਐਕਸਪੈਕਟਿਡ ਕਿ ਵਾਟਰ ਵੁੱਡ ਕਮ ਇਨ ਦਿਸ ਕੁਆਂਟਮ ਇਨ ਦੀ ਐਂਡ ਆਫ ਜੁਲਾਈ। ਨੋਰਮਲੀ ਆਰ ਫਲੱਡਿੰਗ ਮੰਥਸ ਆਰ ਐਂਡ ਆਫ ਔਗਸਟ ਟੂ ਸਪਟੈਂਬਰ, ਐਂਡ ਵਾਟ ਇਜ਼ ਹੈਪਨ, ਦ ਬੰਦ ਹੈਜ਼ ਓਨਲੀ ਬਰੋਕਨ ਹੇਅਰ, ਬਟ ਇਨ ਦੀ ਅਪਰ ਏਰੀਆਜ਼ ਆਫ ਦੋਜ਼ 3 ਡਿਸਟ੍ਰਿਕਟ ਆਫ ਪਟਿਆਲਾ, ਇਟ ਇਜ਼ ਓਵਰਫਲੋਡ ਦ ਬੰਦ। ਸੋ ਵੈਨ ਰੇਨ, ਜਦੋਂ ਬਾਰਿਸ਼, ਵੈਨ ਰੇਨ ਕਮਸ ਟੂ ਸੱਚ ਐਨ ਐਕਸਟੈਂਟ, ਇਟਸ ਨੋਟ ਇਨ ਯੋਰ ਹੈਂਡਸ ਔਰ ਮਾਈ ਹੈਂਡਸ ਔਰ ਐਡਮਿਨਿਸਟ੍ਰੇਸ਼ਨ ਹੈਂਡ, ਇਟ ਇਜ਼ ਇਨ ਗੋਡਸ ਹੈਂਡਸ। I am going to meet the minister again, and I'm also going to go to CWC, because this business cannot pend for so long. We left our government in 2007 when this first part was done, phase 1, and this is now 12 years ago. By now phase 2 up to Kadel should have been completed, but they have not followed it up, the last government, and this issue is now pending with the CWC. ਫੰਡ ਦੀ ਲੋੜ ਕੀ ਹੈ ਤੁਹਾਨੂੰ? ਫੰਡ ਦੇ ਨਾਲ ਤਾਂ ਨਹੀਂ ਕੋਈ ਫਰਕ ਪਿਆ, ਇਹ ਤਾਂ ਘੱਗਰ ਦੇ ਬੰਦੇ ਸਾਰੇ ਬੰਦ ਗਏ ਨੇ। ਜਦੋਂ ਇੰਨਾ ਪਾਣੀ ਆਏ ਕਿ ਬੰਦਾਂ ਦੇ ਉੱਪਰ ਨਹੀਂ ਚਲਾ ਜਾਏ, ਉਹ ਕੌਣ ਕਰ ਸਕਦਾ? ਆਈ ਥਿੰਕ ਆਈ ਸ਼ੁਡਨਟ ਬੀ ਲੌਂਗ ਸਰ, ਜਿਹੜੀ ਮਕਾਨਾਂ ਦਾ ਉਹ ਸਾਨੂੰ ਰਿਪੋਰਟ ਆ ਗਈ, ਬੰਦੇ ਸਾਰੇ ਬਚੇ ਹੋਏ ਨੇ ਉਹ ਆ ਗਈ, ਪਸ਼ੂ ਕੋਈ ਨਹੀਂ ਮਰਿਆ ਉਹ ਵੀ ਆ ਗਈ, ਹੁਣ ਤਾਂ ਸਿਰਫ ਗਰਦੌਰੀ ਹੈ ਜੋ ਆਉਣੀ ਹੈ। ਇੱਕ ਮਿੰਟ ਖਤਮ ਕਰ ਲਿਆ, ਜਦ ਇੱਕ ਵਾਰ ਇਹ ਸਾਨੂੰ ਆ ਜਾਏਗੀ, ਇਮੀਡੀਏਟਲੀ ਅਸੀਂ ਪੈਸੇ ਰਿਲੀਜ਼ ਕਰ ਦਾਂਗੇ। ਵੀ ਹੈਵ ਨੋ ਪ੍ਰੋਬਲਮ ਆਫ ਮਨੀ, ਡਿਜ਼ਾਸਟਰ ਰਿਲੀਫ ਫੰਡ ਦੇ ਵਿੱਚ ਸਾਡੇ ਕੋਲ ਬਥੇਰਾ ਪੈਸਾ ਹੈ, ਵੀ ਹੈਵ ਨੋ ਟ੍ਰਬਲ। ਪੰਜਾਬ ਔਰ ਹਰਿਆਣਾ ਔਰ ਇਹ ਦੋਨੋ ਸਟੇਟ, ਪਹਿਲੇ ਤੋਂ ਹਮਾਰੀ ਨਦੀ ਥੀ, 66 ਕੇ ਬਾਅਦ ਤੋਂ ਦੋਨੋ ਕਾ ਹਿੱਸਾ ਹੋ ਗਿਆ, ਅਬ ਹਮਾਰਾ ਕੰਟਰੋਲ ਨਹੀਂ ਉਸ ਪੇ, ਹਰਿਆਣਾ ਕਾ ਕੰਟਰੋਲ ਨਹੀਂ ਇਸ ਪੇ, CWC ਕਾ ਕੰਟਰੋਲ ਹੈ। ਬਟ ਆਈ ਥਿੰਕ ਦੀ ਹਰਿਆਣਾ ਗਵਰਨਮੈਂਟ ਸ਼ੁਡ ਆਲਸੋ ਨਾਓ ਟੇਕ ਪਾਰਟ ਵਿਦ ਅਸ, ਐਂਡ ਦੋਨੋ ਅਗਰ ਹਮ ਐਗਰੀ ਕਰ ਜਾਏ, ਇਸ ਕੋ ਸਟ੍ਰੈਂਥਨ ਕਰਨਾ ਚਾਹੀਏ। ਥੈਂਕ ਯੂ ਸੋ ਮਚ। ਉੱਥੇ ਹੀ ਹੜ੍ਹ ਪੀੜਤਾਂ ਨੇ ਰੋ ਰੋ ਕੇ ਆਪਣੀ ਵਿਥਿਆ ਸੁਣਾਈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਮੂਣਕ ਵਿੱਚ 30 ਦੇ ਕਰੀਬ ਘਰਾਂ ਨੂੰ ਨੁਕਸਾਨ ਹੋਇਆ ਹੈ ਅਤੇ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ, ਜਿਸ ਦੀ ਮੁੱਖ ਮੰਤਰੀ ਨੇ ਰਿਪੋਰਟ ਬਣਾਉਣ ਦੇ ਹੁਕਮ ਦੇ ਦਿੱਤੇ ਹਨ। ਸਾਡੀ ਕੋਈ ਫਰਿਆਦ ਨਹੀਂ ਸੁਣੀ, ਇੱਥੇ ਸਿਰਫ ਇੱਕ ਨਾਮ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਦਾ ਹੈ। ਮੈਂ ਇੱਥੇ ਬਹੁਤ ਦੇਰ ਤੋਂ ਖੜੀ ਰਹੀ ਹਾਂ,
ਕੀਤੀ, ਬਿਲਕੁਲ ਮੇਰੇ ਕੋਲ ਕਿਸੇ ਨੇ ਅਪਰੋਚ ਨਹੀਂ ਕੀਤੀ, ਪਰ ਅਸੀਂ ਉਹ ਲੜਕੀਆਂ ਦੀ ਮੈਂ ਗੱਲ ਕਰਤੀ ਹੈ ਸੀਐਮ ਸਾਹਿਬ ਕੋਲ, ਕਿਉਂਕਿ ਮੈਂ ਵੀ ਦੇਖਦੀ ਸੀ ਟੀ ਵੀ ਦੇ ਵਿੱਚ ਕਵਰ ਕੀਤਾ ਵਾ ਸੀ, ਉਹ ਸਾਰੀ ਅਸੀਂ ਗੱਲ ਕੀਤੀ, ਉਹਦਾ ਤਾਂ ਪੂਰਾ ਹੱਲ ਕਰ ਰਹੇ ਹਾਂ ਅਸੀਂ, ਕਿਉਂਕਿ ਘਰ ਖੇਤ 'ਚ ਬਣਿਆ ਹੋਇਆ ਇਸ ਕਰਕੇ ਉੱਥੇ ਪਾਣੀ ਉਹਨਾਂ ਦੇ ਘਰ ਚੱਲਿਆ ਗਿਆ, ਅਸੀਂ ਉਹ ਪੂਰੀ ਤਰ੍ਹਾਂ ਉਹਨਾਂ ਦੀ ਮਦਦ ਕਰਾਂਗੇ। ਉਹ ਪੂਰਾ ਵਿਸ਼ਵਾਸ ਦਵਾ ਕੇ ਗਏ ਨੇ ਕਿ ਜਿਹੜਾ ਇਮੀਡੀਏਟ ਘਰਾਂ ਦਾ ਨੁਕਸਾਨ ਹੋਇਆ, ਜਿਵੇਂ ਦੱਸਿਆ 28 ਜਾਂ ਕੁਛ 2 ਘਰ ਹੋਰ ਪਾ ਕੇ 30 ਘਰ ਦੇ ਲਗਭਗ ਹੋਇਆ, ਉਹਨਾਂ ਦਾ ਵੀ ਪੂਰਾ ਮੁਆਵਜ਼ਾ ਜਿੰਨਾ ਨੁਕਸਾਨ ਹੋਇਆ ਐਸਟੀਮੇਟ ਬਣਾ ਕੇ ਡੀਸੀ ਸਾਹਿਬ ਨੂੰ ਕਹਿਤਾ, ਰਿਵੀਜ਼ਨ ਵੀਕ ਭੇਜ ਦਿਓ, ਉਹਨਾਂ ਦਾ ਮੁਆਵਜ਼ਾ ਘਰਾਂ ਦਾ, ਨੁਕਸਾਨ ਹੋਏ ਦਾ ਵੀ ਮੁਆਵਜ਼ਾ, ਜਿਹੜਾ ਫਸਲਾਂ ਦਾ ਜਿਹੜੀ ਜਮ੍ਹਾਂ ਹੀ ਤਬਾਹ ਹੋ ਗਈ, ਜਿਹਨੇ ਦੁਬਾਰਾ ਬੀਜਣੀ ਹੈ 100% ਤਬਾਹ ਹੋ ਗਈ ਹੈ, ਉਹਨੂੰ ਵੀ ਫੌਰੀ ਤੌਰ 'ਤੇ ਕਿ ਉਹਦਾ ਅਸੀਂ ਜਾਇਜ਼ਾ ਲੈ ਕੇ ਉਹਦੇ ਨਾਲ ਜਿੰਨਾ ਪੈਸਾ ਉਹ ਮਿਲੂਗਾ। ਸਾਡੇ JCB ਮਸ਼ੀਨ ਸਾਨੂੰ ਦੇ ਗਏ ਹੈ, ਜਿਹਦੇ ਨਾਲ ਜਿਵੇਂ ਇੱਥੇ ਹੁਣ ਸਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਕਰ ਸਕੀਏ। ਪਿੱਛੇ ਜਦੋਂ ਦਾਣੇ ਪਿੰਡਾਂ ਦੇ ਵਿੱਚ ਨਾਲ ਅੱਗ ਲੱਗੀ ਸੀਗੀ, ਸਾਨੂੰ ਫਾਇਰ ਬ੍ਰਿਗੇਡ ਦੀ ਲੋੜ ਸੀ, ਮੰਗ ਰੱਖੀ, ਉਹ ਵੀ ਸਾਨੂੰ ਦੇ ਗਏ ਹੈ, ਸਾਨੂੰ ਉਹਨਾਂ ਨੇ ਪੈਸੇ ਦੀ ਕੋਈ ਕਮੀ ਨਹੀਂ, ਉਹਨਾਂ ਕਹਿ ਗਏ ਖੁੱਲ੍ਹੇ ਤੌਰ 'ਤੇ। ਅਸੀਂ ਹੁਣ ਬੈਠ ਕੇ ਸਾਰਾ ਐਸਟੀਮੇਟ ਅਫਸਰਾਂ ਨੂੰ ਕਹਿਤਾ, DC ਨੂੰ ਅਤੇ ਆਪਣੇ ਰੈਵਨਿਊ ਵਾਲਿਆਂ ਨੂੰ, ਕਿ ਉਹ ਬਣਾ ਕੇ ਦਿਓ ਤਾਂ ਕਿ ਅਸੀਂ ਉਹਨਾਂ ਪੈਸਾ ਲੈ ਸਕੀਏ। ਕਿੰਨੀ ਏਕੜ ਦੇ ਕਰੀਬ ਜਿਹੜਾ? ਦਸ ਆਪਣੇ 12,000 ਤੱਕ ਇੱਥੇ ਹੈ, 50 ਕੁ ਦਾ ਪਟਿਆਲੇ 'ਚ, ਆਪਣੇ ਇੱਧਰਲੇ ਪਿੰਡਾਂ ਵਿੱਚ ਹੈ। ਲੇਕਿਨ ਜਿੱਥੇ ਅਸੀਂ ਬੰਨ ਪੱਕਾ ਕੀਤਾ ਸੀ, ਖਨੌਰੀ ਤੋਂ ਮਕੋੜ ਸਾਹਿਬ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਨੇ 2002 ਤੋਂ 2007 ਤੱਕ ਇੱਥੇ ਤੱਕ ਉਹਨਾਂ ਨੂੰ ਪੱਕਾ ਕੀਤਾ, ਨਵਾੜ ਤੋਂ ਪੈਸਾ ਲਿਆਂਦਾ, ਸਟੇਟ ਗਵਰਨਮੈਂਟ ਨੇ 10 ਕਰੋੜ ਰੁਪਇਆ ਦਿੱਤਾ, ਉਹ ਸਾਡਾ ਪੱਕਾ ਹੋਇਆ, ਉਹ ਟੁੱਟਿਆ ਨਹੀਂ। ਅੱਜ ਬੰਨ ਪਾਣੀ ਉੱਪਰ ਦੀ ਜਾਂ ਬਾਰਿਸ਼ ਜ਼ਿਆਦਾ ਪਏ ਕਰਕੇ ਆਇਆ ਫਲੋ ਜ਼ਿਆਦਾ, ਵੱਖਰੀ ਗੱਲ ਹੈ, ਬੰਨ ਨਹੀਂ ਟੁੱਟਿਆ। ਇਹੀ ਹੁਣ ਜਿਹੜਾ 17 ਕਿਲੋਮੀਟਰ ਦਾ ਰਹਿ ਗਿਆ, ਜਿਹੜਾ 23 ਕਿਲੋਮੀਟਰ ਅਸੀਂ ਕੱਟਤਾ, ਉਹਨੂੰ ਹੁਣ ਸਾਡਾ ਇਹ ਪੂਰੀ ਕੋਸ਼ਿਸ਼ ਹੈ, ਸਾਨੂੰ ਇੱਥੇ BJP ਦੀ ਸਰਕਾਰ ਹੈ ਹਰਿਆਣੇ ਵਿੱਚ, ਉੱਤੇ ਵੀ BJP ਸਰਕਾਰ ਹੈ, ਇਹ ਰੌਲੇ ਝਗੜੇ 'ਚ ਪਾਉਣਾ ਚਾਹੁੰਦੇ ਆ, ਲੰਬਾ ਸਟੱਡੀ ਕਰਾਉਂਦੇ ਆ, ਫਲਾਨਾ ਕਰਾਉਂਦੇ ਆ, ਅਸੀਂ ਹੁਣ ਜਾਵਾਂਗੇ ਸਾਰੇ ਮਿਲਣ ਵਾਸਤੇ, ਇੱਕੋ ਇੱਕ ਟੁੱਕ ਲੈ ਕੇ ਜਾਵਾਂਗੇ। ਜੇ ਹਰਿਆਣੇ ਦੀ ਤੁਸੀਂ ਮਦਦ ਕਰਨਾ ਚਾਹੁੰਦੇ, ਅਸੀਂ ਵੀ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਤੁਸੀਂ ਮਨਜ਼ੂਰੀ ਦਿਓ, ਦੋਵੇਂ ਸਟੇਟਾਂ ਅਸੀਂ ਜਿਹੜਾ 17 ਕਿਲੋਮੀਟਰ ਦਾ ਪੂਰਾ ਕਰ ਲਈਏ, ਜਿੱਥੇ ਬਾਰਡਰ ਆ ਜਾਂਦਾ ਹਰਿਆਣੇ ਪੰਜਾਬ ਦਾ, ਉੱਥੇ ਇੱਕ ਛੋਟਾ ਡੈਮ ਲੱਗ ਜੂਗਾ, ਉਹ ਪਾਣੀ 'ਚੋਂ ਨਾ ਬਿਜਲੀ ਕੱਢਾਂਗੇ, ਨਾ ਵੇਸਟ ਪਾਣੀ ਯੂਜ਼ ਕਰਾਂਗੇ। ਬੀਬੀ ਜੀ, ਕੁਛ ਜਿਹੜੇ ਸਰਪੰਚ ਨੇ, ਪੰਚਾਇਤਾਂ ਨੇ ਜਾਂ ਆਮ ਲੋਕ ਨੇ ਕੁਛ ਨਿਰਾਸ਼ ਹੋ ਕੇ ਗਏ ਨੇ ਵੀ ਸਾਨੂੰ ਸੀਐਮ ਸਾਹਿਬ ਨਾਲ ਮਿਲ ਲਿੱਤਾ ਗਿਆ, ਸਾਡੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਨਹੀਂ ਗਈਆਂ? ਦੇਖੋ, ਕਦੇ ਵੀ ਇਹ ਤਾਂ ਹੁੰਦਾ ਨਹੀਂ ਕਿ ਇਕੱਲਾ ਬੰਦਾ ਹੀ ਬੁਲਾਇਆ ਜਾ ਸਕਦਾ ਹੈਗਾ, ਆਪਾਂ ਸਾਰੇ ਸਮਝਦੇ ਨੁਮਾਇੰਦਿਆਂ ਨੂੰ ਦਿੱਤਾ ਜਾਂਦਾ ਟਾਈਮ, ਅਸੀਂ ਜਿੰਨੇ ਪਿੰਡਾਂ ਦਾ ਨੁਕਸਾਨ ਹੋਇਆ ਉਹਨਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਅਸੀਂ ਬੁਲਾ ਕੇ ਬੁਲਵਾਇਆ, ਗੱਲ ਕੀਤੀ, ਔਰ ਸਾਰੀ ਆਫੀਸ਼ੀਅਲ ਰਿਪੋਰਟ ਵੀ ਉਹਨਾਂ ਕੋਲ ਚਲੀ ਗਈ ਅਤੇ ਪੋਲੀਟੀਕਲ ਰਿਪੋਰਟ ਵੀ ਚਲੀ ਗਈ, ਔਰ ਸਾਰਾ ਮੰਗ ਪੱਤਰ ਸਾਰੇ ਪਿੰਡਾਂ ਦੀ ਜਿਹੜੀ ਡਿਮਾਂਡ ਹੈ ਉਸ ਦੇ ਦਿੱਤੀ ਅਸੀਂ। ਕਿਸਾਨਾਂ ਵੱਲੋਂ ਇਲਜ਼ਾਮਬਾਜ਼ੀ ਕੀਤੀ ਜਾਂਦੀ ਹੈ ਜੀ, ਵੀ ਜਿਹੜਾ ਇਹ ਫੰਡ ਆਉਂਦੇ ਨੇ ਸਰਕਾਰ ਜਾਰੀ ਕਰਦੀ ਹੈ, ਵੀ ਵਿਭਾਗਾਂ ਵੱਲੋਂ ਜਿਹੜਾ ਇਹਨਾਂ ਨੂੰ ਚੂਨਾ ਲਗਾਇਆ ਜਾਂਦਾ, ਵਿੱਚ ਰਸਤੇ ਦੇ ਵਿੱਚ ਇਹ ਰੁਕਿਆ ਜਾਂਦਾ? ਅਸੀਂ ਇਹਦੇ 'ਤੇ, ਮੈਂ ਬਿਲਕੁਲ ਸਮਝਦੀ ਹਾਂ ਕਿ ਕਈ ਵਾਰੀ ਕਿਸਾਨ 'ਤੇ ਨੁਕਸਾਨ ਹੋਏ ਨੇ, ਲੇਕਿਨ ਅਸੀਂ ਇਸ ਬਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਇਲੈਕਟਡ ਪੰਚਾਇਤਾਂ, ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ, ਇਹਨਾਂ ਲੋਕਾਂ ਨੂੰ ਅਸੀਂ ਇਨਵੋਲਵ ਕਰੀਏ, ਸਾਨੂੰ ਪਿੰਡ ਵਾਈਜ਼ ਆਪਦੇ ਪਿੰਡ ਦੀ ਰਿਪੋਰਟ ਦੇਣ ਕਿ ਆਹ 10 ਬੰਦਿਆਂ ਦਾ ਨੁਕਸਾਨ ਹੈ, 5 ਦਾ ਨੁਕਸਾਨ ਹੈ, ਤਾਂ ਕਿ ਸਰਕਾਰੀ ਤੌਰ 'ਤੇ ਕੋਈ ਅਫਸਰ ਮਿਸਯੂਜ਼ ਨਾ ਕਰ ਸਕੇ, ਇਹਦਾ ਅਸੀਂ ਕੋਸ਼ਿਸ਼ ਲੱਗਿਆ।